बिस्मिल्लाहिर्रहमानिर्रहीम। अस्सलाम वालेकुम, कैसे हैं आप लोग? ठीक है, खैरियत से भी। आप देख रहे हैं लाइव विद तुषारा गफ्फार, और मुझे भी देख रहे हैं, और मेरे साथ पाकिस्तान के क्या बल्कि पूरी दुनिया के मायनाज स्टार जनाब इफ्तिखार ठाकुर साहब मेरे साथ मौजूद हैं। तो ज़्यादा हिम्मत नहीं है मुझे बोलने की, मैं डायरेक्ट इनकी तरफ जाऊँगा जी। बोलने की मैं तेरे उत्ते बैठा। सर आपका वजन इतना है माशाल्लाह, अल्लाह पाक और आपको नवाजे और आपको तरक्कियां अता करे। बस अज इतफाक ना थोड़े ने मुलाकात हुई थी, अंदर दी हालत मेरी जी ना अल्लाह ताला नु पता है। ਤੁਸੀਂ ਦੱਸੋ, ਆਪ ਹੀ ਦੱਸੋ, ਮੈਨੂੰ ਕੀ ਪਤਾ ਕੀ ਹੈ ਤੇ ਹੋਰ ਕੀ ਕੋਈ ਮੇਰੇ ਕਮਲੇ ਜ਼ਮਾਨੇ ਦੇ ਯਾਰ, ਤੁਹਾਨੂੰ ਤੇ ਕੋਈ ਐਸੀ ਗੱਲ ਹੋਣੀ ਨਹੀਂ ਚਾਹੀਦੀ। ਨਹੀਂ ਉਹ ਤਾਂ ਮੈਨੂੰ ਸਾਰੀ ਜ਼ਿੰਦਗੀ ਤੁਸੀਂ ਮੇਰੇ ਨਾਲ ਖਜਲ ਹੋਏ ਹੋ, ਉਹ ਤਾਂ ਮੈਨੂੰ ਦੱਸ ਸਕਦਾ ਨਾ ਜੀ। ਜੀ ਬਿਲਕੁਲ ਠੀਕ ਹੈ ਜੀ, ਤੁਸੀਂ ਪਹਿਲੇ ਵੀ ਸੁਣਿਆ ਸੀ, ਮੈਂ ਠਾਕਰ ਸਾਹਿਬ ਨੂੰ ਆਪਣੇ ਅੱਬਾ ਕਹਿ ਕੇ ਪੁਕਾਰਨਾ, ਮਾਸ਼ਾਅੱਲਾ ਇਹਨਾਂ ਨੇ ਅੱਬੀ ਨਾਲ ਮੈਨੂੰ ਪ੍ਰੋਟੋਕੋਲ ਅੱਬੀ ਨਾਲ ਮੇਰਾ ਸਲੂਕ ਕੀਤਾ ਅਲਹਮਦੁਲਿਲਾ, ਇਹਨਾਂ ਨੇ ਮੈਨੂੰ ਵਾਜ ਵੀ ਕਰਾਇਆ ਅਲਹਮਦੁਲਿਲਾ। ਚਲੋ ਵੀ ਆਪਣੀਆਂ ਗੱਲਾਂ ਨੇ। ਹੋਰ ਸਰ ਠੀਕ ਹੋ, ਖੈਰੀਅਤ ਹੈ? ਬਿਲਕੁਲ ਠੀਕ ਜੀ, ਅਲਹਮਦੁਲਿਲਾ। ਬਹੁਤ ਹੀ ਮਸ਼ਹੂਰ ਹੋ ਤੁਸੀਂ ਮਾਸ਼ਾਅੱਲਾ, ਅੱਲਾਹ ਪਾਕ ਨੂੰ ਮਸ਼ਹੂਰ, ਕਦੇ ਇੰਗਲੈਂਡ, ਕਦੇ ਪਾਕਿਸਤਾਨ, ਕਦੇ ਯੂਕੇ। ਹੁਣ ਤਾਂ ਤੁਸੀਂ ਮਾਸ਼ਾਅੱਲਾ ਫਿਲਮ ਇੰਡਸਟਰੀ 'ਚ ਦੋ ਮੁਲਕਾਂ ਨੂੰ ਜੋੜਨ ਵਾਸਤੇ ਬੜਾ ਅੱਛਾ ਕੰਮ ਕਰ ਰਹੇ ਹੋ, ਪੰਜਾਬੀ ਫਿਲਮਾਂ ਵੀ ਬਣਾ ਰਹੇ ਹੋ, ਅਤੇ ਅਸਲ 'ਚ ਨਾ ਜੀ ਪੰਜਾਬੀ ਜਿਹੜਾ ਲਫ਼ਜ਼ ਹੈ ਨਾ ਪੰਜਾਬੀ, ਜੀ ਜੀ, ਸਭ ਤੋਂ ਪਹਿਲੇ ਤਾਂ ਇਹ ਕਰੈਕਸ਼ਨ ਕਰੀਏ ਕਿ ਇਹ ਲਫ਼ਜ਼ ਅੰਗਰੇਜ਼ੀ ਦੇ ਵਿੱਚ ਗਲਤ ਹੈ। PUNJABI ਮਤਲਬ ਪੰਜਾਬੀ, ਪੰਜਾਬੀ ਦਿਸ ਇਜ਼ ਰੋਂਗ। ਅੱਛਾ, ਇਹ ਗੋਰਿਆਂ ਨੇ ਸਾਡੇ ਨਾਲ ਜ਼ੁਲਮ ਕੀਤਾ ਹੋਇਆ। ਪੰਜਾਬੀ ਹੈਗਾ PANJABI, ਪੰਜਾਬੀ ਜੀ। ਦੁਨੀਆਂ ਦੇ ਵਿੱਚ ਪੰਜਾਬੀ ਵਾਹਿਦ ਕੌਮ ਹੈ ਜਿਹੜੀ ਆਪਣੇ ਮਾਂ ਬਾਪ ਨੂੰ ਘੁੱਟ ਕੇ ਸਮਝੀ। ਅੱਛਾ, ਪੂਰੀ ਦੁਨੀਆਂ ਦੇ ਵਿੱਚ ਜਿਤਨੀਆਂ ਵੀ ਕੌਮਾਂ ਨੇ ਨਾ ਜੀ, ਉਹ 18 ਸਾਲ ਤੋਂ ਬਾਅਦ ਆਪਣੇ ਮਾਂ ਬਾਪ ਨੂੰ ਛੱਡ ਦਿੰਦੀਆਂ ਨੇ, ਔਰ ਉਹ ਸਿਰਫ ਔਰ ਸਿਰਫ ਮਦਰ ਡੇ ਔਰ ਫਾਦਰ ਡੇ ਮਨਾਉਂਦੀਆਂ। ਸੁਭਾਨ ਅੱਲਾਹ। ਪੰਜਾਬੀ ਦੀ ਇਹ ਰਵਾਇਤ ਔਰ ਹਿਸਟਰੀ ਰਹੀ ਹੈ ਕਿ ਜਦੋਂ ਦਾ ਪੰਜਾਬੀ ਇਸ ਦੁਨੀਆਂ ਦੇ ਉੱਤੇ ਆਇਆ, ਇਹ ਲੜਦਾ ਹੀ ਆਇਆ, ਇਹ ਜੰਗ ਕਰਦਾ ਆਇਆ। ਅੱਛਾ, ਇਹ ਆਪਣੇ ਹਕੂਕ ਦੀ ਖਾਤਰ ਲੜਦਾ ਹੀ ਆਇਆ। ਲਿਹਾਜ਼ਾ ਜਦੋਂ ਪਾਕਿਸਤਾਨ ਔਰ ਹਿੰਦੁਸਤਾਨ ਦੀ ਤਕਸੀਮ ਹੋਈ, ਅਤੇ ਦਿੱਲੀ ਵਾਲੇ ਦਿੱਲੀ ਰਹੇ, ਜੀ ਜੀ, ਕਰਾਚੀ ਵਾਲੇ ਕਰਾਚੀ ਰਹੇ, ਸਹੀ। ਤਕਸੀਮ ਕਿਹਦੀ ਹੋਈ? ਪੰਜਾਬ, ਪੰਜਾਬ ਜੀ। ਕਿਉਂ ਤਕਸੀਮ ਹੋਈ? ਇਸ ਵਾਸਤੇ ਕਿ ਪੂਰੀ ਦੁਨੀਆਂ ਦੇ ਲੋਕਾਂ ਨੂੰ ਪਤਾ ਲੱਗ ਗਿਆ ਸੀ ਵੀ ਇਹ ਸਾਨੂੰ ਚਪੇੜਾਂ ਨਾਲ ਵੀ ਮਾਰਨਗੇ ਪੰਜਾਬੀ। ਯੈਸ। ਅੱਛਾ, ਕਿਉਂਕਿ ਦੁਨੀਆਂ ਦੇ ਵਿੱਚ ਕੋਈ ਵੀ ਜੰਗ ਜਦੋਂ ਲੜੀ ਜਾਂਦੀ ਹੈ ਨਾ, ਉਹ ਹਥਿਆਰਾਂ ਨਾਲ ਨਹੀਂ ਲੜੀ ਜਾਂਦੀ, ਉਹ ਜਜ਼ਬੇ ਨਾਲ ਲੜੀ ਜਾਂਦੀ। ਵਾਹ ਵਾਹ। ਦੁਨੀਆਂ ਦੇ ਵਿੱਚ ਸਿਰਫ ਇੱਕ ਪੰਜਾਬੀ ਹੈ ਜਿਹੜਾ ਇਸ ਗੱਲ ਦਾ ਜਜ਼ਬਾ ਰਹਿ। ਮਾਸ਼ਾ, ਲਿਹਾਜ਼ਾ ਉਹ ਤਕਸੀਮ ਜਿਹੜੀ ਸੀ ਉਹ ਸਾਡੇ ਵਾਸਤੇ ਬੜੀ ਹੀ ਖਤਰਨਾਕ ਸੀ। ਉੱਧਰ ਦੇ ਉੱਧਰ ਲੋਕ ਰਹਿ ਗਏ, ਇੱਧਰ ਦੇ ਇੱਧਰ ਰਹਿ ਗਏ, ਬਲਕਿ ਉੱਧਰੋਂ ਕੁਛ ਲੋਕ ਇੱਧਰ ਆ ਗਏ, ਇੱਧਰੋਂ ਕੁਛ ਲੋਕ ਉੱਧਰ ਚਲੇ ਗਏ, ਸਾਡੇ ਨਾਨੇ ਦਾਦੇ ਉੱਧਰ ਰਹਿ ਗਏ, ਉਹਨਾਂ ਦੇ ਮਾਮੇ ਫੁੱਫੜ ਇੱਧਰ ਰਹਿ ਗਏ, ਇੱਧਰ ਰਹਿ ਗਏ। ਲਿਹਾਜ਼ਾ ਵਕਤ ਆਪਣੇ ਆਪ ਨੂੰ, ਤਾਰੀਖ ਆਪਣੇ ਆਪ ਨੂੰ ਜਦੋਂ ਦੁਹਰਾਉਂਦੀ ਹੈ ਨਾ ਜੀ ਜੀ, ਅਤੇ ਫਿਰ ਇਹ ਦੱਸਦੀ ਹੈ ਕਿ ਕੋਈ ਸ਼ਖਸ ਜੁਦਾ ਨਹੀਂ ਹੋ ਸਕਦਾ, ਹੱਡੀਆਂ ਤੋਂ ਮਾਸ ਜੁਦਾ ਨਹੀਂ ਹੋ ਸਕਦਾ। ਮੇਰੇ ਦਿਲ ਦੀ ਇਹ ਖਾਹਿਸ਼ ਸੀ ਕਿ ਦੋਵੇਂ ਪੰਜਾਬ ਜਿਹੜੇ ਨੇ ਉਹ ਦੁਬਾਰਾ ਤੋਂ ਜੁੜ ਜਾਣ, ਔਰ ਅੱਲਾਹ ਪਾਕ ਦੀ ਰਹਿਮਤ ਨਾਲ ਉਹ ਜੁੜ ਗਏ ਜੀ। ਲੋਕ ਕਹਿੰਦੇ ਨੇ ਲਹਿੰਦਾ ਪੰਜਾਬ ਅਤੇ ਚੜ੍ਹਦਾ ਪੰਜਾਬ, ਨਾ ਜੀ ਮੈਂ ਨਹੀਂ ਕਦੇ ਕਿਹਾ, ਮੈਂ ਇਹਨੂੰ ਕਹਿੰਦਾ ਪੰਜਾਬ। ਇਹ ਲਹਿੰਦਾ ਪੰਜਾਬ ਅਤੇ ਚੜ੍ਹਦਾ ਪੰਜਾਬ, ਇਹ ਚੜ੍ਹਦਾ ਪੰਜਾਬ ਔਰ ਲਹਿੰਦਾ ਪੰਜਾਬ ਇਸ ਵਾਸਤੇ ਕਿਹਾ ਜਾਂਦਾ ਸਰ ਕਿ ਪੰਜਾਬ ਦਾ ਮਤਲਬ ਹੈ ਪੰਜ ਆਬ, ਪੰਜ ਦਰਿਆ, ਪੰਜ ਦਰਿਆ ਜੀ ਜੀ ਜੀ, ਇਹ ਪੰਜ ਦਰਿਆਵਾਂ ਦੀ ਧਰਤੀ ਹੈ ਜੀ ਜੀ। ਉੱਧਰੋਂ ਆਉਂਦੇ ਨੇ, ਅੱਛਾ, ਉੱਧਰੋਂ ਯਾਨੀ ਕਿ ਪੰਜੋ ਦਰਿਆ ਉੱਧਰੋਂ ਆਉਂਦੇ ਨੇ ਹਿੰਦੁਸਤਾਨ ਤੋਂ ਜੀ। ਅੱਛਾ, ਵੈਰੀ ਗੁੱਡ। ਇੱਧਰ ਲਹਿੰਦੇ ਨੇ, ਸਹੀ ਹੈ, ਉੱਧਰ ਚੜ੍ਹਦੇ ਨੇ, ਹਾਂਜੀ ਹਾਂਜੀ। ਇਸ ਵਾਸਤੇ ਇਹਨੂੰ ਲਹਿੰਦਾ ਔਰ ਚੜ੍ਹਦਾ ਪੰਜਾਬ ਕਿਹਾ ਜਾਂਦਾ। ਠੀਕ ਹੋ ਗਿਆ, ਸਿਰਫ ਪਹਿਚਾਣ ਵਾਸਤੇ। ਅੱਛਾ, ਵਰਨਾ ਇਹ ਇੱਕ ਹੀ ਪੰਜਾਬ ਹੈ। ਠੀਕ ਹੋ ਗਿਆ ਜੀ। ਇਸ ਲਈ ਟੋਟਲ ਪੰਜਾਬੀ ਦੁਨੀਆਂ ਦੇ ਵਿੱਚ ਹੈਗੇ ਨੇ 13 ਕਰੋੜ ਤੇ 85 ਲੱਖ। ਅੱਛਾ, ਮਾਸ਼ਾ ਅੱਲਾਹ। ਔਰ ਇਹ ਦੁਨੀਆਂ ਦੇ ਵਿੱਚ ਜਿੱਥੇ ਜਿੱਥੇ ਵੀ ਆਏ ਨੇ, ਤੁਸੀਂ ਕਦੇ ਵੀ ਜਾ ਕੇ ਕਿਧਰੇ ਵੀ ਇੱਕ ਆਵਾਜ਼ ਦੇ ਦੇਣਾ ਪੰਜਾਬੀ ਦੇ ਵਿੱਚ, ਸਾਰੇ ਪੰਜਾਬੀ ਇਕੱਠੇ ਹੋ ਜਾਣਗੇ। ਮਾਸ਼ਾ ਅੱਲਾਹ। ਇਹ ਪੰਜਾਬੀ ਜਾਂ ਤਾਂ ਪੰਜਾਬੀ ਦੀ ਆਵਾਜ਼ ਨਾਲ ਇਕੱਠੇ ਹੁੰਦੇ ਨੇ, ਅਤੇ ਜਾਂ ਠੰਡ ਨਾਲ ਇਕੱਠੇ ਹੁੰਦੇ ਨੇ। ਸਹੀ ਗੱਲ ਹੈ। ਨਹੀਂ, ਮੈਂ ਤੁਹਾਡੇ ਬੋਲੀਵੁੱਡ ਵੀ ਦੇਖੀ ਨੇ ਮਾਸ਼ਾ ਅੱਲਾਹ, ਜਿਹੜੀ ਤੁਹਾਡੀ ਫਿਲਮ ਵਿੱਚੋਂ ਜਿਹੜੇ ਨੇ ਹੀਰੋ ਨੇ ਨਾਮ ਅਮਰਿੰਦਰ ਗਿੱਲ, ਹਾਂਜੀ, ਉਹਨਾਂ ਦਾ ਲੂਟ ਦੇਖਿਆ ਤੂੰ? ਇੱਕ ਤਾਂ ਉਹਨੇ ਤਾਰੀਫ, ਐਕਟਿੰਗ ਵੀ ਤੁਹਾਡੀ ਕਿਸੇ ਨੇ ਤਾਰੀਫ ਕੀਤੀ ਬਹੁਤ ਜ਼ਿਆਦਾ, ਲੇਕਿਨ ਮੈਂ ਕਹਿੰਦਾ ਜੀ ਐਕਟਿੰਗ ਤੁਹਾਡੀ ਬੜਾ ਬੜਾ ਅੱਛਾ ਹੈ।
ਕੀ ਤੁਸੀਂ ਉਹਨਾਂ ਨੂੰ ਫੋਨ ਮਾਰੀਏ ਕੀ ਤੁਸੀਂ ਮੈਂ ਸੁਣ ਛੋੜਿਆ ਹਜੀ ਲੈ ਗਿਆ ਜੀ ਹੈ ਜੀ ਛੇ ਉਹ ਝੋਨਾ ਲੱਗੇ ਤਾਂ ਹੀ ਬੰਦਾ ਮੁਤਾਸਰ ਹੋਣਾ ਸਰ ਜਿਸ ਨਾਲ ਅੱਲਾ ਖੁਸ਼ ਰੱਖੇ ਤੁਹਾਨੂੰ ਸਾਨੂੰ ਵੀ ਤੁਸੀਂ ਅੰਬਾ ਗੜੇ 'ਤੇ ਮਜਬੂਰ ਕਰ ਦਿਆ ਕਿਹੜਾ ਅੰਬੇ ਲਿਆ ਕਪੂਰ ਨੇ ਤੁਹਾਡੇ ਅੱਗੇ ਉਹਨਾਂ ਨੂੰ ਮਤਲਬ ਇਹਨਾਂ ਦਾ ਹੋਰ ਹੈ ਉਹ ਮੁਲਕ ਵੀ ਹੋ ਰਹੇ ਅਤੇ ਉਹ ਤੁਹਾਡੀ ਬੜੀ ਤਾਰੀਫ ਕਰ ਰਹੀ ਹੈ ਇਹਦੇ 'ਚ ਇਸ ਵਾਸਤੇ ਕਿ ਉਹ ਪੰਜਾਬੀ ਨੇ ਅਤੇ ਮੈਂ ਨਹੀਂ ਪੰਜਾਬੀ ਤੁਸੀਂ ਦੁਨੀਆਂ ਦੇ ਵਿੱਚ ਕਿਸੇ ਜਜ਼ੀਰੇ 'ਤੇ ਚਲੇ ਜਾਓ ਜਿੱਥੇ 8 ਬੰਦੇ ਰਹਿੰਦੇ ਹੋ ਉੱਥੇ ਪੰਜਾਬੀ ਜ਼ਰੂਰ ਰਹਿੰਦਾ ਰਹੇ ਔਰ ਉਹਨਾਂ 8 ਦੇ ਵਿੱਚੋਂ ਸਿਰਫ ਪੰਜਾਬੀ ਤੁਹਾਨੂੰ ਕਹੇਗਾ ਭਾਵੇਂ ਰੋਟੀ ਸਾਡੇ ਨਾਲ ਖਾਣੀ ਅਤੇ ਰਹਿਣਾ ਸਾਡੇ ਕੋਲ ਕਿਉਂਕਿ ਪੰਜਾਬੀ ਦਾ ਦਿਲ ਗੁਰਦਾ ਜਿਗਰ ਬਹੁਤ ਵੱਡਾ ਹੁੰਦਾ ਇਹ ਮਹਿਮਾਨ ਨਵਾਜ਼ ਹੁੰਦਾ ਇਸ ਵਾਸਤੇ ਪੰਜਾਬੀ ਜਦੋਂ ਪੰਜਾਬੀ ਨੂੰ ਮਿਲੇਗਾ ਉਹਦੇ ਦਿਲ ਨੂੰ ਸਕੂਨ ਹੋਏਗਾ ਉਹ ਖੁਸ਼ ਹੋਏਗਾ ਉਹਨੂੰ ਉਹ ਅੱਛਾ ਹੀ ਲੱਗੇਗਾ ਜੀ ਮਾਸ਼ਾਅੱਲਾ ਮਾਸ਼ਾਅੱਲਾ ਨਹੀਂ ਤੁਸੀਂ ਜਿਹੜੀ ਪਹਿਲੀ ਗੱਲ ਕੀਤੀ ਕਿ ਪੰਜਾਬੀ ਜਿਹੜੇ ਨੇ ਸ਼ਾਮੀ ਡੇਲੀ ਆਪਣੀ ਮਾਂ ਨੂੰ ਕੁੱਟ ਕੇ ਤਾਂ ਸੁਣਦੇ ਨੇ ਯਾਰ ਕਿਆ ਹੀ ਬਾਤ ਹੈ ਕਿਆ ਹੀ ਬਾਤ ਹੈ ਸੁਭਾਨ ਅੱਲਾਹ ਦੁਨੀਆ 'ਚ ਜਿੱਥੇ ਵੀ ਜਾਓਗੇ ਤੁਹਾਨੂੰ ਪੰਜਾਬੀ ਆਪਣੀ ਮਾਂ ਦੀ ਇੱਜ਼ਤ ਕਰਦਾ ਨਜ਼ਰ ਆਏਗਾ ਸੁਭਾਨ ਅੱਲਾਹ ਆਪਣੀ ਭੈਣ ਦੀ ਆਪਣੀ ਬੇਟੀ ਦੀ ਜੀ ਜੀ ਲਿਹਾਜ਼ਾ ਸਾਡਾ ਦੀਨ ਇਸਲਾਮ ਹੈ ਲਾ ਇਲਾਹਾ ਇਲੱਲਾ ਮੁਹੰਮਦ ਰਸੂਲੁੱਲਾਹ ਸਾਡੇ ਸਰਕਾਰ ਮੁਅੱਜ਼ਮ ਨੇ ਔਰਤ ਦੀ ਤਾਜ਼ੀਮ ਇਸ ਤਰ੍ਹਾਂ ਕੀਤੀ ਹੈ ਸੁਭਾਨ ਅੱਲਾਹ ਆਪਣੀ ਬੇਟੀ ਜਦੋਂ ਸੈਯਦਾ ਫਾਤਿਮਾ ਤੇ ਜ਼ਹਰਾ ਰਜ਼ੀ ਅੱਲਾਹ ਤਾਲਾ ਅਨਹਾ ਜਦੋਂ ਵੀ ਉਹਨਾਂ ਦੇ ਸਾਹਮਣੇ ਆਏ ਨੇ ਖੜੇ ਹੋ ਗਏ ਇਸਤਕਬਾਲ ਜਿਨ੍ਹਾਂ ਕੌਮਾਂ ਨੇ ਔਰਤ ਦੀ ਇੱਜ਼ਤ ਨਹੀਂ ਕੀਤੀ ਉਹ ਕੌਮਾਂ ਕਦੀ ਤਰੱਕੀ ਨਹੀਂ ਕਰ ਸਕਦੀਆਂ ਉਹ ਮੁਆਸ਼ੀ ਤੌਰ 'ਤੇ ਜ਼ਲੀਲ ਹੋ ਜਾਣਗੀਆਂ ਉਹ ਆਪਣੇ ਤੌਰ ਤਰੀਕੇ ਤੋਂ ਜ਼ਲੀਲ ਹੋਣਗੀਆਂ ਉਹ ਆਪਣੀ ਸਕਾਫਤ ਤੋਂ ਵੀ ਜ਼ਲੀਲ ਹੋਣਗੀਆਂ ਬਿਲਕੁਲ ਠੀਕ ਲਿਹਾਜ਼ਾ ਇਸ ਦੁਨੀਆਂ ਨੂੰ ਕਾਇਮ ਰੱਖਣ ਵਾਸਤੇ ਔਰਤ ਦੀ ਇੱਜ਼ਤ ਕਰਨੀ ਪਏਗੀ ਔਰ ਹਰ ਉਸ ਸ਼ਖਸ ਦੀ ਇੱਜ਼ਤ ਕਰਨੀ ਪਏਗੀ ਜਿਹਨੂੰ ਰੱਬੇ ਕਾਇਨਾਤ ਨੇ ਆਪਣੇ ਦੋਵੇਂ ਸੱਜੇ ਹੱਥਾਂ ਨਾਲ ਅੱਲਾਹੁ ਅਕਬਰ ਅੱਲਾਹੁ ਅਕਬਰ ਇਹ ਸਾਰੀ ਕਾਇਨਾਤ ਸਿਰਫ ਇੱਕ ਲਫ਼ਜ਼ ਨਾਲ ਬਣੀ ਕੁਨ ਜੀ ਹਾਂ ਲੇਕਿਨ ਹਜ਼ਰਤ ਇਨਸਾਨ ਨੂੰ ਅੱਲਾਹ ਰੱਬੇ ਕਾਇਨਾਤ ਨੇ ਆਪਣੇ ਦੋਵੇਂ ਸੱਜੇ ਹੱਥਾਂ ਨਾਲ ਸੁਭਾਨ ਅੱਲਾਹ ਲਿਹਾਜ਼ਾ ਜਿਹਨੇ ਇਨਸਾਨ ਦੀ ਕਦਰ ਕੀਤੀ ਅੱਲਾਹ ਨੇ ਉਹਦੀ ਕਦਰ ਕੀਤੀ ਸੁਭਾਨ ਅੱਲਾਹ ਯਾਨੀ ਕਿ ਇਨਸਾਨੀ ਦੀ ਖਿਦਮਤ ਕਰਨੀ ਚਾਹੀਦੀ ਔਰ ਇਨਸਾਨੀਅਤ ਪੂਰੀ ਦੁਨੀਆ 'ਚ ਸਭ ਤੋਂ ਜ਼ਿਆਦਾ ਤੁਹਾਨੂੰ ਪੰਜਾਬੀ ਦੇ ਸੀਨੇ 'ਚ ਮਿਲੇਗੀ ਅਰੇ ਕਿਆ ਬਾਤ ਹੈ ਰੱਬ ਦਾ ਖਾਸ ਇਨਾਮ ਹੈ ਸਾਡੇ ਜਿੱਦਾਂ ਪਾਕਿਸਤਾਨ ਦੇ ਮਹਿਨਾਜ ਸੁਲਤਾਨ ਰਹੀ ਸਾਹਿਬ ਜੀ ਸਰ ਪੰਜਾਬੀ ਫਿਲਮਾਂ ਕਿੰਨੀਆਂ ਉਹਨਾਂ ਨੇ ਬੇਸ਼ੁਮਾਰ ਪੰਜਾਬੀ ਫਿਲਮਾਂ ਕੀਤੀਆਂ ਜਦੋਂ ਇਹ ਤਾਂ ਠੀਕ ਹੈ ਤੁਸੀਂ ਸਟਾਰਟ ਤੁਸੀਂ ਪਿੰਡੀ ਵੀ ਬਣਾ ਸਕਦੇ ਹੋ ਸਾਡੇ ਕੋਲ 12 ਸਾਲ ਤੁਸੀਂ ਪਿੰਡੀ ਦੇ ਤੁਸੀਂ ਉਹ ਸਰਦਾਰ ਕੁਮਾਰ ਸਾਹਿਬ ਕਹਿੰਦੇ ਜਿਹੜਾ ਤੇਰਾ ਕੀ ਗਰਾਂ ਸਮਾਜ ਦੇ ਬੋਲ ਲੈਣੇ ਆ ਪਟਵਾਰੀ ਵੀ ਬੋਲ ਲੈਣੇ ਸ਼ੱਕ ਵੀ ਬੋਲੇ ਪ੍ਰਸਿੱਧ ਬੋਲ ਲੈਣੇ ਪੰਜਾਬੀ ਨਹੀਂ ਤੇ ਪਿੰਡੀ ਦੀ ਤੁਸੀਂ ਲਾਹੌਰ ਆਏ ਹੋ ਪਹਿਲੇ ਫਿਰ ਤੁਸੀਂ ਲਾਹੌਰ ਕਿ ਮਾਸ਼ਾਅੱਲਾ ਬੜੀ ਸੈਟਲ ਹੋਈ ਆ ਫਿਰ ਤੁਸੀਂ ਸਲਿਪ ਹੋ ਗਏ ਸਰਦੀਆਂ ਵਾਲੇ ਮੈਂ USA ਹਾਂਜੀ ਹਾਂਜੀ ਉੱਥੇ ਵੀ ਤੁਸੀਂ ਰਹੇ ਹੋ ਜੀ ਉੱਥੇ ਮੈਂ ਇੱਕ ਨਿਊਯਾਰਕ ਫਿਲਮ ਅਕੈਡਮੀ ਕੀਤੀ 3 ਸਾਲ 2 ਮਹੀਨੇ ਅੱਛਾ ਅੱਛਾ ਮੈਂ ਕਿ ਜਦੋਂ ਇਹ ਕੰਮ ਕਰਨਾ ਹੀ ਹੈ ਜੀ ਜੀ ਤੇ ਪੜ੍ਹ ਕੇ ਕਰੀਏ ਨਾ ਵੀ ਬਿਲਕੁਲ ਸਹੀ ਗੱਲ ਹੈ ਉੱਥੇ ਫਿਰ ਮੈਂ ਪੜ੍ਹਿਆ ਐਕਟਿੰਗ ਦੇ ਬਾਰੇ ਜੀ ਐਕਟਰ 5 ਲਫ਼ਜ਼ਾਂ ਦਾ ਮਜਮੂਆ ਹੈ ਅੱਛਾ ਜੀ ACTOR ਐਕਟਰ A ਫੋਰ ਐਕਸ਼ਨ C ਫੋਰ ਕੰਟਰੋਲ D ਫੋਰ ਟਾਈਮਿੰਗ O ਫੋਰ ਆਬਜ਼ਰਵੇਸ਼ਨ ਆਫ ਕੈਰੇਕਟਰ R ਫੋਰ ਰਿਦਮ ਐਂਡ ਰਿਐਕਟਰ ਇਜ਼ ਗੋਇੰਗ ਟੂ ਬੀ ਅ ਕੰਪਲੀਟ ਐਕਟਰ ਅਰੇ ਕਿਆ ਬਾਤ ਹੈ ਅਸੀਂ ਇਹ ਸਮਝਦੇ ਸਰ ਕਿ ਬਸ ਇੰਨੇ ਕਰੋ ਤਾਂ ਕਮੇਡੀ ਕਰੋ ਹੈ ਅਸੀਂ ਇਹ ਐਕਟਰ ਬਸ ਇਹ ਐਕਟਰ ਇਹ ਤਾਂ ਬੜਾ ਫਲਸਫਾ ਜੀ ਮਾਸ਼ਾਅੱਲਾ ਅਤੇ ਤੁਸੀਂ ਜਦੋਂ ਅਮਰੀਕਾ ਤੋਂ ਵਾਪਸ ਆਏ ਅਤੇ ਸੁਣਿਆ ਸੀ ਕਿ ਉੱਥੇ ਏਅਰਪੋਰਟ ਲੱਥੇ 'ਤੇ ਬੜਾ ਰਸ਼ ਪੈ ਗਿਆ ਅਤੇ ਬੜੀ ਤੁਸੀਂ ਕੀ ਪਾਰਟ ਹੋ ਗਈ ਅਤੇ ਤੁਸੀਂ ਫਿਰ ਸੁਣਿਆ ਮੈਂ ਸਭ ਕੁਝ ਮੇਰਾ ਖਿਆਲ ਆਇਆ ਸੀ ਉੱਥੇ ਆ ਕੇ ਫਿਰ ਉਹਨਾਂ ਫਿਰ ਤੁਹਾਨੂੰ ਚੰਗੀ ਜਗ੍ਹਾ 'ਤੇ ਲੈ ਕੇ ਚੱਲਾ ਜੀ ਸਰ ਉਸ ਤੋਂ ਬਾਅਦ ਤੁਸੀਂ ਪਕੜਾ ਨਹੀਂ ਦਿੱਤੀ ਮਾਸ਼ਾਅੱਲਾ ਅਤੇ ਹਾਲੇ ਤੱਕ ਵੀ ਅਲਹਮਦੁਲਿਲਾ ਚੱਲਿਆ ਸਿਲਸਿਲਾ ਅੱਲਾਹ ਤਾਲਾ ਹੋਰ ਤੋਂ ਇੱਜ਼ਤ ਦੇ ਅਤਾ ਕਰੇ ਅਤੇ ਹੋਰ ਕੋਈ ਮੇਰੇ ਚੈਨਲ ਵਾਸਤੇ ਮੈਸੇਜ ਦੇਣਾ ਚਾਹੁੰਦੀ ਹੈ ਲਾਈਵ ਵਿੱਚ ਜ਼ਿਆਦਾ ਗਫਾਰ ਵਾਸਤੇ ਉਹ ਮੈਂ ਤੁਹਾਨੂੰ ਵਟਸਐਪ ਕਰ ਲਿਆ ਨਹੀਂ ਪਤਾ ਇਹਨਾਂ ਨੂੰ ਜੀਵਨ ਹੈ ਮਤਲਬ ਮਰਜ਼ੀ ਦੇਖ ਰਹੇ ਇਹ ਬੜਾ ਇਨਸ਼ਾਅੱਲਾ ਮੇਰੇ ਚੈਨਲ ਵਾਸਤੇ ਬੜੀ ਅੱਛਾ ਹੋਏਗਾ ਕਿ ਨਿਜ਼ਾਮ ਹੋਏਗਾ ਬਈ ਇਨਸਾਨ ਕੀ ਤਰੱਕੀ ਸਿਰਫ ਔਰ ਦੂਸਰੇ ਇਨਸਾਨ ਕੀ ਇੱਜ਼ਤ ਮੈਂ ਹੈ ਸੁਭਾਨ ਅੱਲਾਹ ਇੱਕ ਦੂਸਰੇ ਕੋ ਇੱਜ਼ਤ ਦੋ ਅੱਲਾਹ ਆਪਕੋ ਇੱਜ਼ਤ ਦੇਗਾ ਸੁਣ ਰਹੇ ਹੋ ਕਭੀ ਵੀ ਐਸਾ ਨਹੀਂ ਹੋਇਆ ਕਿ ਕਿਸੇ ਨੇ ਗੰਦਮ ਕਾ ਬੀਜ ਬੋਇਆ ਹੋ ਔਰ ਚਾਵਲ ਉਪੜਾ ਹੋ ਵਾਹ ਮੁਹੱਬਤ ਬੀਜੋਗੇ ਮੁਹੱਬਤ ਮਿਲੇਗੀ ਇੱਜ਼ਤ ਬੀਜੋਗੇ ਇੱਜ਼ਤ ਮਿਲੇਗੀ ਇੱਕ ਦੂਸਰੇ ਕਾ ਖਿਆਲ ਰੱਖੋਗੇ ਫਰਿਸ਼ਤੇ ਆਪਕਾ ਖਿਆਲ ਰੱਖੇ ਸੁਭਾਨ ਅੱਲਾਹ ਯਸ ਇਹ ਆਰਜ਼ੀ ਦੁਨੀਆ ਹੈ ਝੂਠ ਹੈ ਧੋਖਾ ਹੈ ਦੁਨੀਆ ਸ਼ੁਰੂ ਹੋ ਗਈ ਆਪਕੀ ਜ਼ਿੰਦਗੀ ਸ਼ੁਰੂ ਹੋ ਗਈ ਆਪਕੀ ਆਂਖ ਬੰਦ ਹੋਣੇ ਕੇ ਬਾਅਦ ਅਰੇ ਕਿਆ ਫਿਰ ਖਤਮ ਨਹੀਂ ਹੋਗੀ ਮਰਨਾ ਇਨਸਾਨ ਕੇ ਲੀਏ ਨਹੀਂ ਹੈ ਟ੍ਰਾਂਸਫਰ ਹੋਣਾ
इंतकाल इंतकाल हाँ जी मुंतकिल एक जगह से दूसरी जगह जाना मुंतकिल होना जी 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 बिल्कुल तो वो मुंतकिल होना है असल ज़िंदगी में जाना है जी माशाल्लाह लेकिन जहाँ की ज़िंदगी आपके ऊपर बड़ा असरअंदाज होगी वहाँ पे जाओ जहाँ जो बीच के जाएगी वहाँ जाके पास सुभानअल्लाह जिसने उमर शरीफ साहब बहुत तो मरने से पहले बता दें कबर बताती है कि तुम क्या करके आई क्या करके आई वो बताती है कि तुम क्या करके बड़ा मज़ा आया जी उस खा ठाकुर साहब अल्लाह का अब्बा जी अल्लाह का खुश रखे मेरा दिल नहीं करे मैं चुनी बदल लेते हैं बस पहले मैं पहले तुम अल्लाह का जिंदगी दे जिला पाक जी नाजरीन हमारे दोस्त हमारे अब्बा जी खा ठाकुर साहब चलते हैं ब्रेक के बाद मिलते हैं इंशाल्लाह पाकिस्तान जिंदाबाद।